मॉर्निंग स्टूडेंट्स, वेलकम टू GHS नंगल सोल पपीट शो से नो। देयर वॉज वंस अ बिटी बार्बर नेम्ड गोपाल। बच्चों, एक बारी एक नाई सी जिदा नाम गोपाल सी। ही हैड हेल्प द किंग राजा कृष्ण मैनी आर टाइम्स। उन्हें राजा कृष्ण की सहायता बहुत समय की सी। ही वॉज किंग्स फेवरेट नाउ। ओह, राजे का हूँ पसंदीदा सी। He was the king's favorite now. ਉਹ ਹੁਣ ਰਾਜੇ ਦਾ ਪਸੰਦੀਦਾ ਸੀ। The kings loved him for his wisdom. ਰਾਜਾ ਉਹਨੂੰ ਉਹਦੀ ਬੁੱਧੀਮੱਤਾ ਕਰਕੇ ਪਿਆਰ ਕਰਦਾ ਸੀ। Whenever Gopal asked the king for anything, the king never say no to him. ਜਦੋਂ ਵੀ ਗੋਪਾਲ ਕਿਸੇ ਚੀਜ਼ ਦੀ ਮੰਗ ਕਰਦਾ, ਰਾਜਾ ਉਹਨੂੰ ਕਦੇ ਨਾ ਨਹੀਂ ਕਹਿੰਦਾ ਸੀ। He would immediately say yes with a smile. ਉਹ ਹਮੇਸ਼ਾ ਹੱਸ ਕੇ ਉਹਨੂੰ ਇੱਕ ਹਾਂ ਕਰਦਾ ਸੀ। The king trusted Gopal completely. ਜਿਹੜਾ ਰਾਜਾ ਸੀ ਉਹ ਗੋਪਾਲ ਉੱਤੇ ਪੂਰੀ ਤਰ੍ਹਾਂ ਭਰੋਸਾ ਕਰਦਾ ਸੀ। ਦ ਕਿੰਗਸ ਮਨਿਸਟਰ ਐਂਡ ਕੋਟੀਅਰਸ ਬਿਕੇਮ ਜੈਲਸ ਆਫ ਗੋਪਾਲ। ਦੇ ਵੁੱਡ ਆਲਵੇਜ ਟਰਾਈ ਟੂ ਮੇਕ ਗੋਪਾਲ ਲੁੱਕ ਲਾਈਕ ਅ ਫੂਲ, ਬਟ ਐਵਰੀ ਟਾਈਮ ਗੋਪਾਲ ਵੁੱਡ ਗੈਟ ਦੀ ਬੈਟਰ ਆਫ ਦੈਮ। ਜਿਹੜੇ ਰਾਜੇ ਦੇ ਮੰਤਰੀ ਅਤੇ ਦਰਬਾਰੀ ਸੀਗੇ, ਉਹ ਗੋਪਾਲ ਦੇ ਉੱਤੋਂ ਈਰਖਾ ਕਰਦੇ ਸੀ। ਉਹ ਹਮੇਸ਼ਾ ਚਾਹੁੰਦੇ ਸੀਗੇ ਕਿ ਗੋਪਾਲ ਰਾਜੇ ਸਾਹਮਣੇ ਇੱਕ ਮੂਰਖ ਬਣੇ, ਪਰ ਹਮੇਸ਼ਾ ਹੀ ਗੋਪਾਲ ਉਹਨਾਂ ਤੋਂ ਜ਼ਿਆਦਾ ਬੁੱਧੀਮਾਨ ਸਾਬਿਤ ਹੁੰਦਾ ਸੀ। ਵਨ ਡੇ ਦੀ ਮਿਨਿਸਟਰ ਐਂਡ ਦੀ ਕੋਟੀਅਰਸ ਥਾਊਟ ਆ ਪਲੈਨ। ਇੱਕ ਦਿਨ ਮੰਤਰੀਆਂ ਨੇ ਅਤੇ ਦਰਬਾਰੀ ਨੇ ਯੋਜਨਾ ਬਣਾਈ। ਦੇ ਡਿਸਾਈਡਿਡ ਟੂ ਟਾਕ ਟੂ ਦੀ ਕਿੰਗ ਵੈਨ ਗੋਪਾਲ ਵਾਜ ਨੋਟ ਅਰਾਊਂਡ। ਉਹਨਾਂ ਨੇ ਸੋਚਿਆ ਕਿ ਉਸ ਸਮੇਂ ਰਾਜੇ ਨਾਲ ਗੱਲ ਕੀਤੀ ਜਾਵੇ ਜਦ ਗੋਪਾਲ ਉਹਨਾਂ ਦੇ ਕੋਲ ਨਾ ਹੋਵੇ। One of them said to the king, ਉਹਨਾਂ ਵਿੱਚੋਂ ਇੱਕ ਨੇ ਰਾਜੇ ਨੂੰ ਕਿਹਾ, ਯੂਅਰ ਮੈਜਿਸਟਰੀ ਯੂ ਟਰਸਟਿਡ ਗੋਪਾਲ ਟੂ ਮੱਚ। ਉਹ ਮਹਾਰਾਜ, ਤੁਸੀਂ ਗੋਪਾਲ ਉੱਤੇ ਬਹੁਤ ਭਰੋਸਾ ਕਰਦੇ ਹੋ। ਹੀ ਗੈਟ ਅਵੇ ਵਿਦ ਸੋ ਮੈਨੀ ਥਿੰਗਸ ਬਿਕੋਜ਼ ਯੂ ਸੇ ਯੈਸ ਟੂ ਹਿਮ ਵਟ ਐਵਰ ਹੀ ਸੇ। ਉਹ ਤੁਹਾਡੇ ਤੋਂ ਇੰਨੀਆਂ ਜ਼ਿਆਦਾ ਚੀਜ਼ਾਂ ਲੈ ਚੁੱਕਿਆ ਹੈ ਕਿਉਂਕਿ ਤੁਸੀਂ ਹਰੇਕ ਗੱਲ ਹੀ ਉਹਨਾਂ ਨੂੰ ਹਾਂ ਕਰਦੇ ਹੋ। ਇਫ ਫੋਰ ਵਾਂਸ ਯੂ ਸੇ ਨੋ ਟੂ ਵਟ ਹੀ ਸੇ, ਯੂ ਵਿਲ ਸੀ ਦੈਟ ਹੀ ਕੈਨ ਨੋਟ ਸੋਲਵ ਐਨੀ ਆਫ ਯੂਅਰ ਪ੍ਰੋਬਲਮਸ। ਇੱਕ ਵਾਰੀ ਤੁਸੀਂ ਉਹਨਾਂ ਨੂੰ ਨਾ ਕਰਕੇ ਤਾਂ ਦੇਖੋ, ਉਹ ਤੁਹਾਡੀ ਕਿਸੇ ਸਮੱਸਿਆ ਨੂੰ ਹੱਲ ਨਹੀਂ ਕਰਨਗੇ। ਦੀ ਕਿੰਗ ਥੋਟ ਫੋਰ ਅ ਵਾਇਲ ਐਂਡ ਦੈਨ ਸੈਡ, ਯੂ ਆਰ ਜੈਲਸ ਆਫ ਹਿਮ। ਇੱਕ ਵਾਰੀ ਰਾਜੇ ਨੇ ਸੋਚਿਆ ਅਤੇ ਫਿਰ ਉਹਨਾਂ ਨੂੰ ਕਿਹਾ, ਤੁਸੀਂ ਉਹਨਾਂ ਤੋਂ ਈਰਖਾ ਕਰਦੇ ਹੋ। ਇਨ ਸਪਾਈਟ ਆਫ ਵਟ ਯੂ ਸੇ, ਆਈ ਨੋ ਹੀ ਇਜ਼ ਵੈਰੀ ਕਲੈਵਰ ਐਂਡ ਵਿਟੀ। ਇਹਦੇ ਸਿਵਾ ਮੈਂ ਜਾਣਦਾ ਹਾਂ ਕਿ ਉਹ ਬਹੁਤ ਬੁੱਧੀਮਾਨ ਅਤੇ ਚਲਾਕ ਹੈ। ਆਈ ਸ਼ੈਲ ਪ੍ਰੂਵ ਇਟ ਟੂ ਯੂ ਦੈਟ ਈਵਨ ਇਫ ਆਈ ਸੇ ਨੋ ਟੂ ਵਟ ਹੀ ਸੇ, ਹੀ ਵਿਲ ਸਟਿਲ ਬੀ ਦੀ ਕਲੈਵਰ ਐਂਡ ਵਿਟੀ ਐਸ ਆਲਵੇਜ਼। ਜੇ ਮੈਂ ਉਹਨੂੰ ਨਾ ਵੀ ਕਰਾਂਗਾ, ਉਹ ਹਮੇਸ਼ਾ ਜਿਵੇਂ ਚਲਾਕ ਅਤੇ ਬੁੱਧੀਮਾਨ ਰਹੇਗਾ। ਲੈਟ ਦੈਨ ਸੀ ਵਟ ਹੈਪਨ, ਚਲੋ ਦੇਖਦੇ ਹਾਂ ਕੀ ਹੁੰਦਾ ਹੈ। ਆਲ ਦੀ ਮਿਨਿਸਟਰਸ ਐਂਡ ਕੋਟੀਅਰਸ ਵੈਂਟ ਅਵੇ ਵੈਰੀ ਪਲੀਜ਼ਡ। ਦੀ ਨੈਕਸਟ ਡੇ ਗੋਪਾਲ ਅਰਾਈਵਡ ਐਟ ਦੀ ਕੋਰਟ। ਅਗਲੇ ਦਿਨ ਗੋਪਾਲ ਰਾਜੇ ਦੇ ਦਰਬਾਰ ਦੇ ਵਿੱਚ ਆਇਆ। ਹੀ ਨੋਟਿਸ ਦੈਟ ਮਿਨਿਸਟਰਸ ਐਂਡ ਕੋਟੀਅਰਸ ਗੈਗਲਿੰਗ ਐਟ ਹਿਸ ਬੈਕ। ਜਿਹੜੇ ਮਿਨਿਸਟਰ ਅਤੇ ਦਰਬਾਰੀ ਸੀ ਉਹਦੀ ਪਿੱਠ ਪਿੱਛੇ ਚੁਗਲੀਆਂ ਕਰ ਰਹੇ ਸੀ। ਹੀ ਐਟ ਵੰਸ ਨਿਊ ਦੈਟ ਦੇਅਰ ਵਾਜ ਸਮਥਿੰਗ ਫਿਸ਼ਿੰਗ, ਸੋ ਹੀ ਡਿਸਾਈਡਿਡ ਟੂ ਬੀ ਕੇਅਰਫੁਲ। ਉਹਨੂੰ ਇੱਕਦਮ ਸਮਝ ਆ ਗਿਆ ਕਿ ਇੱਥੇ ਕੁਛ ਹੋ ਰਿਹਾ ਹੈ, ਮੈਨੂੰ ਸਾਵਧਾਨ ਰਹਿਣਾ ਪਏਗਾ। ਕਿੰਗ ਐਂਡ ਦੀ ਕੋਟੀਅਰਸ ਐਂਡ ਦੀ ਮਿਨਿਸਟਰ ਸਟਾਰਟ ਡਿਸਕਸਿੰਗ ਦੀ ਇਸ਼ੂ ਯੂਜੁਅਲੀ। ਦ ਕਿੰਗ ਵਾਂਟਿਡ ਟੂ ਨੋ ਹਾਓ ਦੀ ਪੀਪਲਸ ਆਫ ਹਿਸ ਕਿੰਗਡਮ ਕੁਡ ਬੀ ਦੀ ਮੇਡ ਵਾਈਜ਼ ਐਂਡ ਇੰਟੈਲੀਜੈਂਟ। ਗੋਪਾਲ ਸਟੈਪਡ ਫਾਰਵਰਡ ਵਿਦ ਅ ਸੁਜੈਸ਼ਨ। ਹੀ ਸੈਡ, ਯੂਅਰ ਮੈਜਿਸਟਰੀ, ਆਈ ਥਿੰਕ ਵੀ ਸ਼ੁੱਡ ਆਸਕ ਟੂ ਹੈਵ ਅ ਡਿਸਕਸ਼ਨ ਔਨ ਸਮ ਟੋਪਿਕਸ ਐਵਰੀ ਡੇ ਫੋਰ 1 hour ਐਟ ਲੀਸਟ। ਰੋਜ਼ਾਨਾ ਦੀ ਤਰ੍ਹਾਂ ਮੰਤਰੀਆਂ ਦਰਬਾਰੀਆਂ ਨੇ ਰਾਜੇ ਦੇ ਨਾਲ ਸਲਾਹ ਮਸ਼ਵਰਾ ਸ਼ੁਰੂ ਕੀਤਾ। ਰਾਜਾ ਜਾਣਨਾ ਚਾਹੁੰਦਾ ਸੀ ਕਿ ਉਹ ਆਪਣੇ ਰਾਜ ਦੇ ਲੋਕਾਂ ਨੂੰ ਬੁੱਧੀਮਾਨ ਕਿਵੇਂ ਬਣਾ ਸਕਦਾ ਹੈ। ਤਾਂ ਗੋਪਾਲ ਇੱਕ ਸਲਾਹ ਲੈ ਕੇ ਅੱਗੇ ਆਇਆ। ਉਹਨੇ ਦੱਸਿਆ ਕਿ ਲੋਕਾਂ ਨੂੰ ਰੋਜ਼ ਇੱਕ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਕਿਹਾ ਜਾਵੇ। ਦੀ ਕਿੰਗ ਲੁੱਕਡ ਐਟ ਦੀ ਗੋਪਾਲ ਐਂਡ ਸੈਡ ਨੋ। ਰਾਜੇ ਨੇ ਗੋਪਾਲ ਵੱਲ ਦੇਖਿਆ ਅਤੇ ਨਾ ਕਿਹਾ। ਗੋਪਾਲ ਵਾਜ ਸ਼ੌਕਡ ਬਿਕੋਜ਼ ਦੀ ਕਿੰਗ ਨੈਵਰ ਸੈਡ ਨੋ ਟੂ ਹਿਮ। ਗੋਪਾਲ ਸਦਮੇ ਦੇ ਵਿੱਚ ਆ ਗਿਆ ਕਿਉਂਕਿ ਰਾਜੇ ਨੇ ਕਦੇ ਉਸਨੂੰ ਨਾ ਨਹੀਂ ਕੀਤੀ ਸੀ। ਹੀ ਥਾਊਟ ਆ ਲਿਟਲ, ਉਹਨੇ ਥੋੜ੍ਹਾ ਸੋਚਿਆ ਐਂਡ ਦੈਨ ਸੈਡ, ਯੂਅਰ ਮੈਜਿਸਟਰੀ, ਡੋਂਟ ਯੂ ਥਿੰਕ ਅ ਫਰੈਂਡਲੀ ਡਿਸਕਸ਼ਨ ਵੁੱਡ ਹੈਲਪ ਪੀਪਲ ਥਿੰਕ ਕਲੀਅਰਲੀ, ਦੇ ਵਿਲ ਆਲਸੋ ਗੇਨ ਕੌਨਫੀਡੈਂਸ ਦੈਮਸੈਲਫ। ਉਹਨੇ ਇੱਕ ਵਾਰੀ ਫਿਰ ਸੋਚਿਆ ਅਤੇ ਫਿਰ ਰਾਜੇ ਨੂੰ ਕਿਹਾ ਕਿ ਤੁਸੀਂ ਨਹੀਂ ਸੋਚਦੇ ਕਿ ਲੋਕ ਇੱਕ ਦੂਸਰੇ ਨਾਲ ਰੋਜ਼ ਗੱਲਬਾਤ ਕਰਨਗੇ ਤਾਂ ਉਹ ਬੁੱਧੀਮਾਨ ਹੋ ਸਕਦੇ ਨੇ। ਵੰਸ ਅਗੇਨ ਦੀ ਕਿੰਗ ਸੈਡ ਨੋ, ਇੱਕ ਵਾਰੀ ਫਿਰ ਰਾਜੇ ਨੇ ਨਾ ਕਰ ਦਿੱਤਾ। ਗੋਪਾਲ ਸਟੇਟ ਕੁਆਇਟ, ਗੋਪਾਲ ਚੁੱਪ ਹੋ ਗਿਆ ਐਂਡ ਵਾਚ ਵਟ ਹੈਪਨਿੰਗ, ਉਹ ਦੇਖਣ ਲੱਗਿਆ ਕੀ ਹੋ ਰਿਹਾ ਹੈ।
एवरी टाइम ही सेड सेइंग एनीथिंग द किंग वुड शेक हिज हेड से नो, जदों भी वह कुछ कहता राजा ना कर दिंदा। गोपाल वॉज सरप्राइज टू सी दैट द किंग वॉज सेइंग नो टू वट एवर ही सैड। गोपाल देख रहा सी जो भी वह कह रहा है राजा उन्हों ना कर रहा है। When all the discussions was over, Gopal stepped forward. जदों ही सारे मसला खत्म होया तो गोपाल अगे आया। ओ किंग यू आर ग्रेट, तुसी महान हो, बट विदाउट दीज मिनिस्टर्स एंड कोर्टियर्स ऑफ यूअर्स आई डोंट थिंक यू वुड बी एबल टू मैनेज यूअर किंगडम। पर मैं ये सोचता अपने मंत्रियों अते दरबारियों के बिना तुसी ये राज नहीं संभाल सकते। सो आई रिक्वेस्ट यू टू गिव दैम ईच अ स्पैशल रिवॉर्ड ऑफ 500 गोल्ड कॉइंस। तो मैं चाहता हाँ तुसी इन्हां सब नू 500 सोने के सिक्कियां ना इनाम दो। द मिनिस्टर एंड द कोर्टियर्स वर ओवरजॉयड टू हेयर दिस। मंत्री अते दरबारी सुन के बहुत खुशी विच आए। दे कुड नॉट बिलीव देयर ईयर्स, उन्होंने अपने कन्ना उत्ते विश्वास नहीं हो रहा सी। हैड गोपाल गॉन मैड, की गोपाल पागल हो गया है। वाई वॉज ही प्रेजिंग दैम, क्यों उन्हों की तारीफ कर रहा है। वाई वॉज ही ट्राइंग टू हैल्प दैम, क्यों उन्हों की सहायता करना चाहता है। हाएवर दे वर ऑल वेरी हैप्पी एट द थाउट ऑफ गैटिंग 500 गोल्ड कॉइंस। हाँ, पर वो सारे 500 सोने के सिक्के मिलने के उत्ते खुश सन। बट दे हैड फॉरगॉटन वट दे हैड दैमसैल्फ वॉन्टिड द किंग टू डू। पर वो सब भुल गए सन उन्होंने आप राजे नू की करन लई कहा है। द किंग लुकड एट द गोपाल एंड सैड फ्रेमली नो। राजे ने गोपाल वालू देखिया पर ना कर दिती। इस तो बाद कहानी थोड़ा होर अगे तोरते हाँ। वंस अगेन द मिनिस्टर एंड कोर्टियर्स लुकड हैप्पी। जदों फिर गोपाल ने किसी होर चीज़ नू, एट लास्ट गोपाल, ओ किंग बट आई वुड रिक्वेस्ट यू टू नॉट टू आस्क यूर मिनिस्टर्स एंड कोर्टियर्स टू वॉक वर्क लाइक फार्मर्स इन यूर फील्ड। अखीर च मैं तुहानू राजा जी कहना चाहना कि तुसी अपने मंत्रियों नू अते दरबारियों नू अपने खेतों में काम करने लई नहीं कहोगे। द किंग सरप्राइज हिज लाफ्टर एंड सैड। राजे नू समझदा आ गया अते उहदे हासे तो कहा, नो I will ask them to work in my fields. नहीं, मैं इन्हों अपने खेतों च काम करने लिए कहांगा। The ministers fell at the king's feet and said, जिहड़े मिनिस्टर सीगे राजे दे पैरां विच डिगे, ओ किंग वी आर वेरी सॉरी, असी सारे माफ़ी मंगते हाँ। वी आर रियली वेरी सॉरी, असी बहुत शर्मिंदा हाँ। नाओ वी नो हाउ क्लैवर एंड विटी गोपाल इज़, प्लीज़ फॉरगिव अस, असी हुण जान चुके हाँ गोपाल किन्ना चलाक है। बिफोर द किंग कुड से एनीथिंग, गोपाल सैड, योर मैजिस्ट्री आई थिंक यू शुड फॉरगिव दैम। कुछ होर कहने तो पहला गोपाल ने कहा राजे नू कि तुसी इन्हां नू माफ़ कर दो। द किंग अगेन शॉटेड बैक नो। राजा फिर चला के कहता है नहीं। एट वंस द ऑल द मिनिस्टर्स एंड कोर्टियर्स गॉट अप एंड रन अवे। ये सुन के सारे ही मिनिस्टर उठे अते दरबारी उठे अते ओह भज गए। बोथ द किंग एंड गोपाल बस्ट आउट लाफिंग। दोनों ही गोपाल अते राजा हंसन लग गए। नाउ दे न्यू दैट द जेलस मिनिस्टर एज वैल एज द कोर्टियर्स हैड लर्न देयर लैसन। हुण दोनों जान चुके सी, मंत्रियों ते दरबारियों ने अपना पाठ सीख लिया है। थैंक यू वेरी मच, हैव अ नाइस डे।